ਇਹਦਾ ਨਾਮ ਜੀ ਗੱਗੂ ਕਹਿੰਦੇ ਸੀ। ਸ਼ੁਭਕਰਨ ਜੀ, ਸ਼ੁਭਕਰਨ ਨਾਲ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਅਕਸਰ, ਕੀ ਗੱਲ ਹੋਈ ਤੁਹਾਡੇ ਨਾਲ ਅੱਜ? ਅੱਜ ਗੱਲ ਹੋਈ ਸੀ ਉਹਦੇ ਨਾਲ? ਹਾਂਜੀ ਹਾਂ, ਮੈਂ ਫੋਨ ਲਾਇਆ ਸੀਗੇ, ਮੈਂ ਤੁਸੀਂ ਵਾਗੇ 11:30 ਵਜੇ, ਫਿਰ ਉਹ ਕਹਿੰਦਾ ਅਸੀਂ ਰੋਟੀਆਂ ਲਾ ਕੇ ਜਾ ਕੇ ਖਾ ਕੇ ਫਿਰ ਜਾਵਾਂਗੇ। ਪਰ ਉਹ ਅੱਧੇ ਘੰਟੇ ਬਾਅਦ ਤਾਂ ਸਾਡੇ ਕੋਲ ਫੋਨ ਆ ਗਿਆ ਵੀ ਉਹ ਤਾਂ ਗੋਲੀ ਵੱਜ ਗਈ। ਕਿਸ ਤਰ੍ਹਾਂ ਸੁਭਾਅ ਸੀ ਸ਼ੁਭਕਰਨ ਦਾ ਤੁਹਾਨੂੰ ਮਿਲਦਾ ਰਹਿਣਾ? ਨਰਮ ਸੀਗਾ ਜੀ, ਤੁਹਾਡੇ ਨਾਲ ਜ਼ਿਆਦਾ ਰਹਿੰਦਾ ਸੀ? ਹਾਂਜੀ, ਅਸੀਂ ਕੰਮ ਧੰਦਾ ਇਕੱਠੇ ਹੀ ਕਰਦੇ ਸੀ। ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਕੇਂਦਰ ਸਰਕਾਰ ਹੈ ਬਹੁਤ ਕਿਸਾਨਾਂ ਦੀ ਵੈਰੀ ਬਣ ਗਈ ਹੈ। ਜਿਹੜੇ ਕਹਿੰਦੇ ਨੇ ਵੀ ਅਸੀਂ ਦੇਸ਼ ਦਾ ਵਿਕਾਸ ਕਰਾਂਗੇ, ਵਿਕਾਸ ਕਰਨਾ, ਪਰ ਵਿਕਾਸ ਨਹੀਂ ਕਰ ਰਹੇ, ਉਹ ਉਜਾੜ ਰਿਹਾ ਅੱਜ ਘਰ, ਉਜਾੜ ਤਾ ਉਹ ਸਰਕਾਰ ਨੇ, ਕੇਂਦਰ ਸਰਕਾਰ ਨੇ। ਜੇ ਕਹਿ ਦਈਏ ਵਿਕਾਸ ਵਾਲਾ ਨਹੀਂ ਕੰਮ, ਜੇ ਵਿਕਾਸ ਕਰਨਾ ਫਿਰ ਕਿਸਾਨ ਬਾਰਡਰਾਂ 'ਤੇ ਬੈਠਿਆ ਉਹਨੂੰ ਦਿੱਲੀ ਜਾਣ ਦਿਓ। ਕੀ ਅੱਗੇ ਦਿੱਲੀ ਜਾ ਕੇ ਸਾਲ ਭਰ 'ਚ ਕੁਛ ਨੁਕਸਾਨ ਕਰਿਆ ਕਿਸੇ ਨੇ? ਅੱਜ ਕਿਉਂ ਰੋਕਿਆ ਜਾ ਰਿਹਾ ਉਹਨਾਂ ਨੂੰ, ਕਿਉਂ ਉਹਨਾਂ ਨੂੰ ਮਾਰਿਆ ਜਾ ਰਿਹਾ? ਆਹ ਕਿਹੜਾ ਦੁਸ਼ਮਣ ਵਾਲਾ ਰਵੀਰ ਹੈ ਜਿਹੜਾ ਵੀ ਸਿੱਧੀਆਂ ਗੋਲੀਆਂ ਮਾਰੋ? ਜੇ ਕੋਈ ਮੂਹਰੇ ਵੱਧ ਹੈ ਉਹਨੂੰ ਗ੍ਰਿਫਤਾਰ ਕਰ ਲਏ। ਸਰਕਾਰਾਂ ਕੋਲ ਬਹੁਤ ਸਕੀਮਾਂ ਹੁੰਦੀਆਂ, ਮਾਰਨਾ ਥੋੜ੍ਹਾ ਹੀ ਹੁੰਦਾ ਦੇਸ਼ ਦਾ ਕੋਈ ਕਿਸਾਨ ਹੈ ਜਿਹੜਾ ਅੰਨਦਾਤਾ, ਉਹਨੂੰ ਮਾਰਨਾ। ਇਹ ਜਾਣੇ ਸਿੱਧਾ ਸਰਕਾਰ ਜਿਹੜੀ ਗੋਲੀਆਂ 'ਤੇ ਉਤਰ ਆਈ, ਦੇਸ਼ ਦੀ ਦੁਸ਼ਮਣ ਹੈ। ਇਸ ਕਰਕੇ ਅਸੀਂ ਇਹਦੀ ਨਿੰਦਿਆ ਕਰਦੇ ਹਾਂ, ਅਤੇ ਇਸ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ, ਅਤੇ ਜਿਹੜਾ ਵੀ 1 ਕਰੋੜ ਰੁਪਈਆ ਮੰਗਦੇ ਹਾਂ ਉਹ ਦਿੱਤਾ ਜਾਈਏ। ਪਰ ਕਰੋੜ ਦਾ ਵੀ ਇਸ ਪਰਿਵਾਰ ਦਾ ਘਾਟਾ ਨਹੀਂ ਪੂਰਾ ਹੋਣ ਲੱਗਿਆ। ਨੌਜਵਾਨ 20 ਸਾਲਾਂ ਸਿੱਧੀਆਂ ਗੋਲੀਆਂ ਮਾਰ ਕੇ ਇਹ ਮਾਰਿਆ ਗਿਆ, ਇਹ ਬਹੁਤ ਸਰਕਾਰ ਦੀ ਹੋਰ ਵੀ ਨੌਜਵਾਨ ਸਾਥੀ ਸਲਾਹ ਜਿਹੜੇ ਫੱਟੜ ਕਰੇਨਗੇ, ਲਗਭਗ ਉੱਥੇ ਐਂ ਨਹੀਂ ਪਤਾ ਲੱਗ ਰਿਹਾ ਵੀ 100 ਬੰਦਾ ਫੱਟੜਾ, 200 ਬੰਦਾ ਫੱਟੜਾ, ਕਿਉਂਕਿ ਅਜੇ ਜਿਹੇ ਜਿੱਥੇ ਹਲਚਲ ਮੱਚੀ ਹੋਈ ਹੈਗੀ। ਇਸ ਕਰਕੇ ਹੋਰ ਵੀ ਹੋ ਸਕਦਾ ਵੀ ਨੌਜਵਾਨਾਂ ਦੀ ਮੌਤ ਹੋ ਗਈ ਹੋਵੇ, ਪਰ ਇਹ ਸਰਕਾਰ ਸਾਡੀ ਦੁਸ਼ਮਣ ਹੈ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਅਤੇ ਜਿਹੜੇ ਕਿਸਾਨ ਦੀ ਹਰਿਆਣੇ ਦੇ ਬਾਰਡਰਾਂ 'ਤੇ ਬੈਠੇ ਉਹਨਾਂ ਨੂੰ ਰੋਕਿਆ ਨਾ ਆਵੇ ਦਿੱਲੀ ਜਾਣ, ਉਹਨਾਂ ਦੀ ਮੰਗ ਮੰਨਣ। ਜਿਹੜੀ ਪ੍ਰਧਾਨ ਮੰਤਰੀ ਜਿਹੜਾ ਕਹਿ ਰਿਹਾ ਹੈਗਾ ਮੈਂ ਦੇਸ਼ ਦਾ ਵਿਕਾਸ ਕਰਦਾ, ਇਹ ਉਜਾੜ ਰਿਹਾ ਦੇਸ਼ ਨੂੰ। ਜੇ ਦੁਬਾਰੇ ਆ ਗਿਆ, 3ਵੀਂ ਵਾਰ ਆ ਗਿਆ, ਤਾਂ ਦੇਸ਼ ਨੂੰ ਸਾਰਿਆਂ ਨੂੰ ਵੇਚੂਗਾ, ਉਜਾੜੂਗਾ। ਇਹ ਸਾਡੇ ਜਿਵੇਂ ਨੌਜਵਾਨ ਭੁੰਨਿਆ ਗੋਲੀਆਂ ਨਾ, ਅਤੇ ਐਂ ਸਾਰੇ ਦੇਸ਼ ਨੂੰ ਭੁੰਨੂਗਾ। ਉਹਦੀ ਗੱਲ ਹੈ ਯਾਰ ਵੀ ਕਿਸਾਨ ਹੈ ਜਿਹੜੇ ਵਿਚਾਰੇ ਆਪਦੀ ਬੜੀ ਮਿਹਨਤ ਮੁਸ਼ੱਕਤ ਨਾਲ ਖੇਤੀ ਕਰਦੇ ਆ, ਖੇਤੀ ਧੰਦਾ ਅੱਜ ਪੂਰੀ ਤਰ੍ਹਾਂ ਚੌਪਟ ਹੋਇਆ ਪਿਆ ਕਿਸਾਨਾਂ ਦੀਆਂ। ਪਿਛਲੇ ਸਮੇਂ ਦੌਰਾਨ ਕਿਸਾਨਾਂ ਨੇ ਤਕਰੀਬਨ 1.5 ਸਾਲ ਦਿੱਲੀ ਦੀਆਂ ਬਰੂਹਾਂ 'ਤੇ ਬੈਠ ਕੇ ਸੰਘਰਸ਼ ਲੜਿਆ, ਅਤੇ ਸਰਕਾਰ ਨੇ ਕੁਛ ਮੰਗਾਂ ਉਹਨਾਂ ਦੀਆਂ ਮੰਨੀਆਂ ਸੀ ਤਾਂ ਉਹ ਵੀ ਲਾਗੂ ਕਰਨ ਤੋਂ ਸਰਕਾਰ ਜਿਹੜੀ ਅਸਮਰੱਥ ਹੈ। ਅਤੇ ਹੁਣ ਫਿਰ ਦੁਬਾਰਾ ਕਿਸਾਨ ਦਿੱਲੀ ਵੱਲ ਜਾਂਦੇ ਸੀ ਤਾਂ ਉਹਨਾਂ ਨਾਲ ਇੰਨਾ ਮਾੜਾ ਸਲੂਕ ਕੀਤਾ ਜਾਂਦਾ ਕਿ ਕਿਤੇ ਅਥਰੂ ਗੈਸ ਦੇ ਗੋਲੇ, ਕਿਤੇ ਗੋਲੀਆਂ। ਅੱਜ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਮੇਰੇ ਹਲਕੇ ਦੇ ਪਿੰਡ ਬੱਲੋ ਦਾ ਇੱਕ ਨੌਜਵਾਨ ਕਿਸਾਨ ਜਿਹਦੀ ਉਮਰ ਤਕਰੀਬਨ ਲਗਭਗ 22 ਸਾਲ ਦੀ ਸੀ, ਜਿਹਦੇ 2 ਭੈਣਾਂ ਅਤੇ ਮਾਤਾ ਵੀ ਦੀ ਮੌਤ ਹੋਈ ਹੈ, ਦਾਦੀ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਸੀ, ਇੱਕ ਪਿਤਾ ਜਿਹੜਾ ਥੋੜ੍ਹਾ ਜਿਹਾ ਸਿੱਧਾ ਸਾਦਾ ਵਿਚਾਰਾ, ਜਿਹੜਾ ਤਕਰੀਬਨ ਸਕੂਲ ਵੈਨ 'ਤੇ ਬੱਚਿਆਂ ਨੂੰ ਸਕੂਲ ਵੈਨ ਦੀ ਕਨੈਕਟਰੀ ਕਰਦਾ, ਬੱਚਿਆਂ ਨੂੰ ਚੜ੍ਹਾਉਂਦਾ ਲਾਉਂਦਾ ਹੈ, ਅਤੇ ਥੋੜ੍ਹੇ ਜਿਹੇ ਪੈਸੇ ਤਨਖਾਹ ਦੇ ਮਿਲਦੇ ਹੋਣਗੇ ਉਹਨੂੰ, ਅਤੇ ਉਹਤੇ ਉਹ ਗੁਜ਼ਾਰਾ ਕਰਦਾ ਸੀ। 3.5 ਏਕੜ ਦਾ ਮਾਲਕ ਸੀ ਇਹ ਕਿਸਾਨ, ਅਤੇ ਤਕਰੀਬਨ 1.5 ਕਿੱਲਾ ਜ਼ਮੀਨ ਪਿਛੇ ਵਿਆਹ ਭੈਣ ਦੀ ਵਿਆਹ ਵੇਲੇ ਵੇਚ ਕੇ ਭੈਣ ਵਿਆਹੀ, ਅਤੇ ਹੋਰ ਕਰਜ਼ਾ ਲਾਇਆ। ਹੁਣ ਫਿਰ ਕਾਫੀ ਕਰਜ਼ਾ ਸਿਰ 'ਤੇ ਸੀ, ਬੋਝ ਸੀ, ਅਤੇ 2.25 ਕਿੱਲੇ ਜ਼ਮੀਨ ਸੀ, ਅਤੇ ਉਹ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣ ਲਈ, ਕਿਸਾਨਾਂ ਦੀਆਂ ਹੱਕੀ ਮੰਗਾਂ ਲਈ, ਦੇਸ਼ ਨੂੰ ਖੁਸ਼ਹਾਲ ਕਰਨ ਵਾਸਤੇ ਕਿਸਾਨ ਨੂੰ ਲੜਾਈ ਲੜਨ ਲਈ ਉੱਥੇ ਗਿਆ ਸੀ। ਉੱਥੇ ਸਰਕਾਰ ਨੇ ਇਸ ਅੰਨਦਾਤੇ ਦੇ ਨਾਲ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ ਉੱਥੇ, ਅਤੇ ਉੱਥੇ ਸਾਡੇ ਜੋ ਬੱਚੇ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
ਤੇ ਬਹੁਤ ਮਦਭਾਗੀ ਘਟਨਾ ਹੈ। ਇਹਦੂ ਵੱਡੀ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਇੱਕ ਘਰ ਦਾ ਮਤਲਬ ਚਿਰਾਗ ਖਤਮ ਹੋ ਗਿਆ, ਕਿਉਂਕਿ ਉਸੇ ਤੋਂ ਹੀ ਆਸਾਂ ਸੀ ਪਰਿਵਾਰ ਨੂੰ ਕਿ ਉਹ ਬੱਚਾ ਆਪਦੇ ਘਰ ਨੂੰ ਅੱਗੇ ਲੈ ਕੇ ਜਾਊਗਾ, ਤੇ ਅੱਜ ਜਿਹੜਾ ਪਰਿਵਾਰ ਹੈ ਉਹ ਟੁੱਟ ਗਿਆ। ਤੇ ਮੈਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਕਿ ਕੀ ਤੁਸੀਂ ਕਿਸਾਨਾਂ ਨੂੰ ਇਹ ਸਮਝ ਲਿਆ ਕਿ ਉਹ ਮੇਰੇ ਸਾਡੇ ਦੇਸ਼ ਦੇ ਹਿੱਸਾ ਨਹੀਂ, ਕਿਉਂਕਿ ਪਾਕਿਸਤਾਨ ਵਰਗੇ ਬਾਰਡਰਾਂ ਜਿਵੇਂ ਪਾਕਿਸਤਾਨ ਆਪਣਾ ਜਾਂ ਹੋਰ ਦੇਸ਼ਾਂ ਨਾਲ ਬਾਰਡਰ ਲੱਗਦਾ ਹੈ, ਉਸ ਤਰ੍ਹਾਂ ਬੈਰੀਕੇਡ ਲਾਏ ਹੋਏ ਆ, ਉਸ ਤਰ੍ਹਾਂ ਕਿੱਲਾਂ ਗੱਡੀਆਂ ਹੋਈਆਂ, ਉਸੇ ਤਰ੍ਹਾਂ ਅਥਰੂ ਗੈਸ ਭਰਾਈ ਜਾ ਰਹੀ ਹੈ ਉਹਨਾਂ 'ਤੇ, ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ, ਤਾਂ ਜੋ ਆਪਦਾ ਉਹ ਸ਼ਾਂਤਮਈ ਸੰਘਰਸ਼ ਉਹ ਆਪਦਾ ਮਤਲਬ ਜਮਹੂਰੀਅਤ ਹੱਕ ਲੈਣ ਲਈ ਦਿੱਲੀ ਰਾਜਧਾਨੀ 'ਚ ਨਾ ਜਾ ਸਕਣ। ਇਸ ਲਈ ਬੜੇ ਦੁੱਖ ਦੀ ਗੱਲ ਹੈ ਕਿ ਸਾਡਾ ਉਹ ਕਿਸਾਨ ਜਿਹੜਾ ਪੂਰੇ ਦੇਸ਼ ਨੂੰ ਢਿੱਡ ਭਰਦਾ ਪੂਰੇ ਦੇਸ਼ ਦਾ, ਅੱਜ ਬੇਸ਼ੱਕ ਕੋਈ ਕੁਛ ਕਹੀ ਜਾਵੇ, ਜੇ ਕਿਸਾਨ ਨਾ ਰਿਹਾ ਤਾਂ ਦੇਸ਼ ਕੀ ਰਹੂਗਾ, ਅਤੇ ਅੱਜ ਉਸ ਕਿਸਾਨ ਗੋਲੀਆਂ ਮਾਰੀਆਂ ਜਾ ਰਹੀਆਂ। ਅਤੇ ਮੈਂ ਤਾਂ ਇਸ ਗੱਲ ਦੀ ਨਿਖੇਧੀ ਪੰਜਾਬ ਸਰਕਾਰ ਦੀ ਵੀ ਕਰਦਾ ਕਿ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ, ਪੰਜਾਬ ਦੀ ਪੁਲਿਸ ਹੈ ਜਿਹੜੀ ਉਹ ਕਿੱਥੇ ਸੁੱਤੀ ਪਈ ਹੈ। ਪੰਜਾਬ 'ਚ ਆ ਕੇ ਹਰਿਆਣੇ ਦੀ ਪੁਲਿਸ ਗੋਲੀਆਂ ਮਾਰੀ ਜਾਂਦੀ ਹੈ ਕਿਸਾਨਾਂ ਨੂੰ, ਪੰਜਾਬ 'ਚ ਆ ਕੇ ਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਹੈ। ਘੱਟੋ ਘੱਟ ਯਾਰ ਪੰਜਾਬ ਵਾਲੇ ਤਾਂ ਪੰਜਾਬ ਦੀ ਪੁਲਿਸ, ਪੰਜਾਬ ਦੀ ਉਹ ਤਾਂ ਸਾਡੇ ਕਿਸਾਨਾਂ ਦੀ ਰਖਵਾਲੀ ਕਰੇ ਨਾ,